ਲਓ ਜੀ, ਜਿੱਥੇ ਆਪਣੇ ਪੰਜਾਬ 'ਚ ਸਾਰੇ ਹੜ੍ਹ ਵਾਲੇ ਮਾਹੌਲ ਬਣਿਆ ਹੋਇਆ ਹੈਗਾ, ਉੱਥੇ ਇਹ ਨਹਿਰ ਆਪਣੀ ਰਾਏਕੋਟ ਸ਼ਹਿਰ ਦੇ ਨਾਲ ਪਿੰਡ ਚੌਲਾਂ ਲੋਕੜ ਵਾਲੀ ਇਹ ਫੁੱਲ ਉੱਪਰ ਤੱਕ ਚੱਲ ਰਹੀ ਹੈ ਜੀ। ਅਤੇ ਉੱਧਰ ਫੱਟੇ ਇੱਕ ਚੱਕਾ ਨਾਲ ਗਰਿੱਡ ਚੱਲ ਰਿਹਾ ਹੈਗਾ, ਜੇ ਉਹ ਬੰਦ ਕਰਦਾ ਫਿਰ ਤਾਂ ਬਸ ਥੋੜ੍ਹੇ ਟਾਈਮ 'ਚ ਟੁੱਟਣ ਵਾਲਾ ਕੰਮ ਹੀ ਹੈ ਇਹਦਾ। ਲੋਸਮੈਂਟ ਵੀ ਪਿੰਡ ਵਿੱਚ ਹੋ ਚੁੱਕੀ ਵੀ ਆਪਦੇ ਖੇਤਾਂ ਦੇ ਨਾਲ ਨਾਲ ਨਹਿਰ ਦਾ ਧਿਆਨ ਰੱਖਿਆ ਜਾਵੇ, ਜਿਵੇਂ ਸੂਆ ਜਾ ਰਿਹਾ ਹੈਗਾ, ਸੂਆ ਵੀ ਬਾਈ ਪਹਿਲਾਂ ਤਾਂ ਮੋਗੇ 'ਚ ਪਾਣੀ ਨਹੀਂ ਹੁੰਦਾ, ਹੁਣ ਫੁੱਲ ਚੱਲਦਾ ਜ਼ੋਰਾਂ 'ਤੇ, ਸਾਰਾ ਖੋਲ੍ਹਿਆ ਹੋਇਆ ਵੀ ਪੂਰਾ, ਸੂਆ ਵੀ ਫੁੱਲ ਛੱਡਿਆ ਹੈਗਾ। ਅਤੇ ਉਹ ਸਾਹਮਣੇ ਦਿੰਦੇ ਹੀ ਉਹ ਤੁਹਾਨੂੰ ਵੀ ਇੱਕ ਫੱਟਾ ਚੱਕਾ ਹੀ ਹੈਗਾ, ਉਹ ਸਾਹਮਣੇ ਤੈਦਾ ਹੈਗਾ। ਉਹਦੇ ਕਰਕੇ ਪਾਣੀ ਘੱਟ ਆ ਥੋੜ੍ਹਾ ਜਿਹਾ ਨਹਿਰ 'ਚ, ਤੁਸੀਂ ਦੇਖ ਸਕਦੇ ਹੋ ਜਮਾਂ ਸਿਰੇ 'ਤੇ ਆ ਪਾਣੀ। ਤਕਰੀਬਨ ਪੰਜਾਬ 'ਚ ਸਾਰੀ ਜਗ੍ਹਾ ਦੀ ਲਾਸਮੈਂਟ ਤਾਂ ਹੋ ਚੁੱਕੀ ਆ ਵੀ ਆਪਾਂ ਦਾ ਬਚਾਅ ਰੱਖੋ, ਘਰੋਂ ਬਾਹਰ ਨਾ ਨਿਕਲੋ, ਲੋੜ ਪੈਣ 'ਤੇ ਨਿਕਲੋ। ਫੁੱਲ ਜ਼ੋਰਾਂ 'ਤੇ ਆ ਨਹਿਰ ਦਾ ਕੰਮ, ਜਾਣੀ ਕਿ ਇੰਨਾ ਕਾ ਵੀ ਇੱਧਰ ਨੂੰ ਮੀਂਹ ਨਹੀਂ ਹੈਗਾ, ਜੇ ਮੀਂਹ ਹੋਵੇ ਫਿਰ ਤਾਂ ਬਈ ਕੰਮ ਸਿਰੇ ਹੀ ਆ, ਪਿੱਛੋਂ ਨਹਿਰੀ ਪਾਣੀ ਵੀ ਮਾਰ ਪਾਊਗਾ, ਜੇ ਮਗਰੋਂ ਆਇਆ ਜਿਹੜਾ ਪਾਣੀ ਉਹੀ ਉੱਦਾਂ ਬਚਾ ਦਿਖਾਉਂਦਾ ਤੁਹਾਨੂੰ ਨਹਿਰ ਦੇ ਹਾਲਾਤ ਕੋਲ ਜਾ ਕੇ ਵੀ ਕਿੰਨਾ ਕੁ ਪਾਣੀ ਖੁੱਲ੍ਹਿਆ ਕਿਵੇਂ ਚੱਲਦਾ। ਲਓ ਜੀ, ਇਸ ਪਾਸਿਓਂ ਦੇਖ ਸਕਦੇ ਹਾਂ ਵੀ ਫੱਟੇ ਇਹਨਾਂ ਨੇ ਪਹਿਲਾਂ ਫੁੱਲ ਚੱਕੇ ਹੋਏ ਤੁਹਾਨੂੰ ਦਿਖਾਏ ਆ, ਹੁਣ ਪਾਣੀ ਜਮ੍ਹਾਂ ਸਿਰੇ 'ਤੇ ਲੱਗਿਆ ਹੋਇਆ ਹੈਗਾ, ਕਿਉਂਕਿ ਨਹਿਰ ਦਾ ਟੁੱਟਣਾ ਜਿਹੜਾ ਲੋਸਮੈਂਟ ਹੋਈ ਆ ਵੀ ਪੂਰਾ ਪਾਣੀ ਇੱਧਰੋਂ ਘੱਟ ਪਤਾ ਲੱਗਿਆ ਕਿ ਪਿੱਛੇ ਨਹਿਰ ਕੱਚੀ ਹੈ ਨਾ, ਉੱਥੋਂ ਪਤਾ ਲੱਗਦਾ ਵੀ ਪੂਰੀ ਨਹਿਰ ਟੁੱਟਣ ਦੇ ਤਾਰ 'ਤੇ ਆ। ਫੱਟੇ ਫੁੱਲ ਸਿਰੇ ਲੱਗੇ ਹੋਏ ਆ, ਪਾਣੀ ਉੱਪਰ ਦੀ ਚੜ੍ਹਨ ਨੂੰ ਤਿਆਰ ਆ ਨਹਿਰ 'ਤੇ। ਅਤੇ ਇੱਧਰੋਂ ਹੀ ਆਪਾਂ ਗਾਹਾਂ ਤੋਂ ਗੱਲ ਕਰੀਏ, ਗਾਹਾਂ ਨਹਿਰ ਉਹ ਕੱਚੀ ਆ, ਉੱਥੋਂ ਪੂਰੇ ਮਸਾਂ ਫੁੱਟਕ ਦਾ ਫਰਕ ਰਹਿ ਗਿਆ, ਫੁੱਟਕ ਪਾਣੀ ਨਹੀਂ ਮੈਂ ਬਸ। ਅਤੇ ਹੁਣ ਇਹਨਾਂ ਨੇ ਫੱਟੇ ਵੀ ਬੰਦ ਕਰਤੇ, ਉਹ ਪਾਣੀ ਜਮ੍ਹਾਂ ਬਰਾਬਰ ਆ ਗਿਆ ਹੋਊਗਾ, ਬਾਕੀ ਰੱਬ ਨੂੰ ਫਿਕਰ ਆ ਬਈ ਸਾਰਿਆਂ ਦਾ। ਆਪੋ ਦਾ ਧਿਆਨ ਰੱਖੋ ਅਤੇ ਜ਼ਰੂਰੀ ਸਮਾਨ ਕੋਲ ਰੱਖੋ।